ਚੇਤਕ ਰਿਕਾਰਡਿੰਗ ਕੰਪਨੀ ਐਂਡ ਦੀਪਾ ਦਿਓਲ ਪੇਸ਼ ਕਰਦੇ ਹਨ। ਧੰਨ ਧੰਨ ਮਾਤਾ ਸਾਹਿਬ ਕੌਰ ਜੀਆਂ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਸਲਾਨਾ ਗੁਰਮਤਿ ਸਮਾਗਮ ਜੋ ਹੋ ਰਿਹਾ ਹੈ, ਮੇਰੇ ਵੱਲੋਂ ਬੇਨਤੀ ਹੈ ਵੀ ਕੋਈ ਵੀ ਇਨਸਾਨ ਇਕੱਲਾ ਕੁਝ ਵੀ ਨਹੀਂ ਕਰ ਸਕਦਾ। ਕੁਝ ਵੀ ਕੰਮ ਕਰਨ ਵਾਸਤੇ ਗੁਰੂ ਮਹਾਰਾਜ ਦੀ ਕਿਰਪਾ ਤੇ ਸਮੂਹ ਸੰਗਤ ਦਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ। ਇਸ ਸਮਾਗਮ ਨੂੰ ਕਰਨ ਵਾਸਤੇ ਮੈਨੂੰ ਆਪਣੇ ਪਿੰਡ ਤੇ ਮਾਣ ਹੈ, ਪਿੰਡ ਸੁੱਖਾ ਰਾਜੂ ਤੇ ਵੀ ਰਲ ਮਿਲ ਕੇ ਸਾਰੇ ਸਹਿਯੋਗ ਦੇ ਰਹੇ ਨੇ। ਸਹਿਯੋਗ ਦੇ ਨਾਲ ਹੀ ਐਡਾ ਵੱਡਾ ਸਮਾਗਮ ਹੋ ਰਿਹਾ ਹੈ। ਇਹ ਜਿੰਨਾ ਵੀ ਸਮਾਗਮ ਹੋ ਰਿਹਾ ਹੈ ਮੇਰੇ ਪੂਰੇ ਪਿੰਡ ਦੇ ਸਹਿਯੋਗ ਨਾਲ ਹੋ ਰਿਹਾ ਹੈ। ਬਾਕੀ ਬੇਨਤੀ ਹੈ ਵੀ ਅਗਾਂਹ ਤੋਂ ਉਪਰਾਲਾ ਕਰ ਰਹੇ ਹਾਂ ਵੀ ਗਰੀਬ ਲੜਕੀਆਂ ਦੀ ਸਾਦੀਆਂ ਵੀ ਕਰਾ ਕਰਾਂਗੇ ਤੇ ਜਿਹੜੇ ਗੁਰੂ ਮਹਾਰਾਜ ਸੀਸਾਂ ਦੇ ਉਹ ਜਕਾਰਾ ਛੱਡੇਗਾ ਦਾਸ ਤੇ ਗੁਰੂ ਮਹਾਰਾਜ ਸਮੂਹ ਸੰਗਤ ਸਾਥ ਦੇਵੇ। ਬੋਲੇ ਸੋ ਨਿਹਾਲ ਮਾਤਾ ਸਾਹਿਬ ਕੌਰ ਜੀ ਦੀ ਕਿਰਪਾ ਦੇ ਨਾਲ 8 ਦਸੰਬਰ ਨੂੰ ਗਰੀਬ ਲੜਕੀ ਦੀ ਸਾਦੀ ਸਮੂਹ ਪਿੰਡ ਸੁੱਖਾ ਰਾਜੂ ਦੇ ਲਾਕਰ ਨਿਵਾਸੀ ਰਲ ਕੇ ਕਰ ਰਹੇ ਨੇ। ਸਮੂਹ ਸੰਗਤ ਨੂੰ ਬੇਨਤੀ ਹੈ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਆਨੰਦ ਕਾਰਜ ਇਸੇ ਪਿੰਡ ਵਿੱਚ ਹੋਵੇਗਾ, ਗਰੀਬਾਂ ਵਾਸਤੇ ਸਾਲ ਪਹੁੰਚ ਚੁੱਕੇ ਹਨ। ਹਾਂਜੀ, ਮਹਾਂਪੁਰਖ ਸਮਾਗਮ ਕੀਰਤਨ ਆਰੰਭ ਕਰਨਗੇ, ਉਪਰੰਤ ਮੈਨੂੰ ਮੇਰੀ ਬੇਨਤੀ ਹੱਥ ਜੋੜ ਕੇ ਵੀ ਉਹਨਾਂ ਬੱਚਿਆਂ ਦੇ ਨਾਂ ਜਿੰਨਾ ਸਿੱਖੀ ਸੂਬ ਸਜਾਏ ਨੇ ਤੇ ਉਹਨਾਂ ਗਰੀਬਾਂ ਬੀਬੀਆਂ ਦੇ ਨਾਂ ਮੇਰੇ ਤੱਕ ਪਹੁੰਚਾ ਦੇਣ। ਮਹਾਂਪੁਰਖ ਉਪਰੰਤ ਗਰੀਬ ਬੱਚੇ ਬੀਬੀਆਂ ਨੂੰ ਸਾਲ ਵੱਢਣਗੇ ਤੇ ਜਿੰਨਾ ਸਿੱਖੀ ਸੂਬ ਸਜਾਏ ਨੇ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸੋ ਆਈ ਸੰਗਤ ਦਾ ਧੰਨਵਾਦ ਗੁਰੂ ਮਹਾਰਾਜ ਦੀ ਕਿਰਪਾ ਕਰਨ। ਆਪ ਸਭ ਨੂੰ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।